हां जी दोस्तों स्वागत है ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਅੱਜ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ ਪ੍ਰਕਾਸ਼ ਸਿੰਘ ਬਾਦਲ ਨੇ ਸੱਟ ਨੂੰ ਪੇਸੀ ਦੇ ਲਈ ਕੋਈ ਹੋਰ ਤਰੀਕ ਨਿਰਧਾਰਤ ਕਰਨ ਦੇ ਲਈ ਕਿਹਾ ਖਰਾਬ ਸਿਹਤ ਦਾ ਦਿੱਤਾ ਹਵਾਲਾ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 16 ਜੂਨ ਨੂੰ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਣਗੇ। ਉਹਨਾਂ ਨੇ ਇਸ ਦਾ ਕਾਰਨ ਸਿਹਤ ਦੀ ਸਮੱਸਿਆ ਨੂੰ ਦੱਸਿਆ ਪਰ ਪ੍ਰਕਾਸ਼ ਸਿੰਘ ਬਾਦਲ ਨੇ ਵਿਸ਼ੇਸ਼ ਜਾਂਚ ਟੀਮ ਨੂੰ ਪੇਸ਼ ਹੋਣ ਦੇ ਲਈ ਕੋਈ ਹੋਰ ਤਰੀਕ ਤੈਅ ਕਰਨ ਦੇ ਲਈ ਕਿਹਾ ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਤੇ 10 ਦਿਨਾਂ ਦੇ ਲਈ ਉਹਨਾਂ ਨੂੰ ਪੂਰਨ ਬੈੱਡ ਰੈਸਟ ਦੀ ਸਲਾਹ ਵੀ ਦਿੱਤੀ ਗਈ ਹੈ। ਅਗਲੀ ਖਬਰ ਥੋਕ ਮਹਿੰਗਾਈ ਨੇ ਤੋੜਿਆ ਰਿਕਾਰਡ ਵੱਡਾ ਕਾਰਨ ਤੇਲ ਕੀਮਤਾਂ ਦਾ ਸਿਖਰ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੱਚੇ ਤੇਲ ਤੇ ਤਿਆਰ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਨਾਲ ਮਈ ਮਹੀਨੇ ਦੇ ਦੌਰਾਨ ਥੋਕ ਕੀਮਤਾਂ ਤੇ ਆਧਾਰਿਤ ਮਹਿੰਗਾਈ ਦਰ 12.94% ਦੇ ਉੱਚ ਪੱਧਰ ਤੇ ਪਹੁੰਚ ਗਈ ਹੈ ਮਈ 2021 ਦੇ ਵਿੱਚ WPI ਮਹਿੰਗਾਈ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੇਟਲੇ ਆਧਾਰ ਪ੍ਰਭਾਵ ਦੇ ਕਾਰਨ ਮਈ 2020 ਦੇ ਵਿੱਚ ਡਬਲਯੂ ਪੀ ਆਈ মুদ্রਸਪੀਤੀ ਨਕਾਰਾਤਮਕ 3.37% ਤੇ ਰਹੀ ਸੀ ਇਹ ਲਗਾਤਾਰ ਪੰਜਵਾਂ ਮਹੀਨਾ ਕਿ ਥੋਕ ਦੇ ਮੁੱਲ ਸੂਚਕਾਂਕ ਦੇ ਆਧਾਰ ਤੇ মুদ্রਸਪੀਤੀ ਵਧੀ ਹੋਵੇ ਅਗਲੀ ਖਬਰ ਹੈ ਜੈਪਾਲ ਭੁੱਲਰ ਨੂੰ ਮੁਕਾਬਲੇ ਦੇ ਵਿੱਚ ਨਹੀਂ ਤਸੀਹੇ ਦੇ ਕੇ ਮਾਰਿਆ ਪਰਿਵਾਰ ਨੇ ਕੀਤਾ ਹਾਈ ਕੋਰਟ ਦੇ ਵੱਲ ਰੁੱਖ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਹਾਈ ਕੋਰਟ ਦਾ ਰੁਕ ਕੀਤਾ ਜੈਪਾਲ ਦੇ ਪਿਤਾ ਨੇ ਕਿਹਾ ਕਿ ਅਸੀਂ ਹਾਈ ਕੋਰਟ ਦੇ ਵਿੱਚ ਅਪੀਲ ਕਰਾਂਗੇ ਉਹਨਾਂ ਨੇ ਮੁੱਠ ਭੇੜ ਤੇ ਸਵਾਲ ਖੜੇ ਕੀਤੇ ਨੇ ਜੈਪਾਲ ਦੇ ਪਿਤਾ ਨੇ ਦੋਸ਼ ਲਾਇਆ ਸੀ ਕਿ ਜੈਪਾਲ ਨੂੰ ਤਸੀਹੇ ਦੇ ਕੇ ਮਾਰਿਆ ਗਿਆ ਸੀ ਤੇ ਮਗਰੋਂ ਮੁਕਾਬਲਾ ਕਹਿ ਦਿੱਤਾ ਗਿਆ ਸੀ ਉਹਨਾਂ ਦਾ ਕਹਿਣਾ ਕਿ ਮੁਕਾਬਲੇ ਤੋਂ ਪਹਿਲਾਂ ਉਸ ਦੀਆਂ ਪਸਲੀਆਂ ਤੋੜੀਆਂ ਗਈਆਂ ਸੀ ਇਸ ਕਾਰਨ ਉਹ ਫੇਰ ਪੋਸਟਮਾਰਟਮ ਦੀ ਮੰਗ ਕਰ ਰਹੇ ਨੇ ਅਗਲੀ ਖਬਰ ਹੈ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ 15 ਤੋਂ 26 ਜੂਨ ਤੱਕ ਹੋਣਗੀਆਂ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੋਵਿਡ-19 ਮਹਾਮਾਰੀ ਦੇ ਦੌਰਾਨ 15 ਤੋਂ 26 ਜੂਨ ਤੱਕ ਆਨਲਾਈਨ ਮੂਡ ਰਾਹੀਂ 12ਵੀਂ ਕਲਾਸ ਦੀ ਪ੍ਰੈਕਟੀਕਲ ਪ੍ਰੀਖਿਆ ਲਵੇਗਾ ਪੀਐਸਸੀ ਵੀ ਪਹਿਲਾਂ ਹੀ ਕਿਤਾ ਮੁਖੀ ਸਟਰੀਮ ਤੇ ਐਨਐਸਕਿਊਐਫ ਦੇ ਵਿਸ਼ਿਆਂ ਲਈ ਪ੍ਰੈਕਟੀਕਲ ਪ੍ਰੀਖਿਆ ਲੈ ਚੁੱਕਿਆ ਹੈ ਸਾਨੂੰ ਦੱਸਦੀ ਹੈ ਕਿ ਸਕੂਲ ਵਿਦਿਆਰਥੀਆਂ ਦੀ ਸਹੂਲਤ ਦੇ ਅਨੁਸਾਰ ਆਨਲਾਈਨ ਲਿਖਤੀ ਮੂਡ ਦੇ ਵਿੱਚ ਪ੍ਰੈਕਟੀਕਲ ਪ੍ਰੀਖਿਆਵਾਂ ਮਾਂ ਲਈਆਂ ਜਾਣਗੀਆਂ ਗੌਰਤਾਲਬਾ ਕਿ ਪੀਐਸਸੀਬੀ 12ਵੀਂ ਦਾ ਪ੍ਰੈਕਟੀਕਲ ਪ੍ਰਸ਼ਨ ਪੱਤਰ ਸਬੰਧਤ ਸਕੂਲ ਦੇ ਵਿਸ਼ੇ ਅਧਿਆਪਕਾਂ ਦੁਆਰਾ ਸੈੱਟ ਕੀਤਾ ਜਾਵੇਗਾ ਦੱਸ ਦਈਏ ਭਾਵੇਂ ਸੀਬੀਐਸਸੀ ਸਮੇਤ ਕਈ ਰਾਜਾਂ ਨੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਮਾਂ ਰੱਦ ਕਰ ਦਿੱਤੀਆਂ ਨੇ ਪਰ ਪੰਜਾਬ ਰਾਜ ਨੇ ਅਜੇ ਤੱਕ ਪੀਐਸਸੀਬੀ ਦੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਆਯੋਜਨ ਜਰ ਰੱਦ ਹੋਣ ਬਾਰੇ ਕੋਈ ਫੈਸਲਾ ਨਹੀਂ ਲਿਆ ਇਸ ਦੇ ਨਾਲ ਹੀ ਇਹ ਉਮੀਦ ਕੀਤੀ ਜਾਂਦੀ ਹੈ ਕਿ ਪੰਜਾਬ ਬੋਰਡ 12ਵੀਂ ਜਮਾਤ ਦੇ ਹਰੇਕ ਧਾਰਾ ਵਿੱਚੋਂ ਤਿੰਨ ਲਾਜ਼ਮੀ ਵਿਸ਼ਿਆਂ ਦੀ ਥਿਊਰੀ ਪ੍ਰੀਖਿਆਵਾਂ ਕਰਵਾ ਸਕਦਾ ਹੈ ਅਗਲੀ ਖਬਰ ਹੈ ਅਗਲੇ 48 ਘੰਟੇ ਹੋਵੇਗੀ ਤੇਜ਼ بارش ਤੇ ਆਵੇਗੀ ਹਨੇਰੀ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਦੇ ਅਨੁਸਾਰ ਭਾਰਤ ਮੌਸਮ ਵਿਭਾਗ ਮੰਗਲਵਾਰ ਯਾਨੀ ਕਿ ਅੱਜ 15 ਜੂਨ ਅਤੇ 16 ਜੂਨ ਨੂੰ ਦਿਨ ਭਰ ਦੇ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਆਈਐਮਡੀ ਦੇ ਅਨੁਸਾਰ 15 ਜੂਨ ਨੂੰ ਸਵੇਰ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਭਾਰੀ ਬਾਰਿਸ਼, ਗਰਜਾ ਬਿਜਲੀ ਅਤੇ ਤੇਜ਼ ਹਨੇਰੀ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਅਨੁਸਾਰ ਕਿ ਅਗਲੇ 48 ਘੰਟਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨੀ بارش ਭਾਵਕੇ ਕਈ ਥਾਵਾਂ ਤੇ 1 ਤੋਂ 3 ਸੈਂਟੀਮੀਮੀ ਅਤੇ ਕੁਝ ਥਾਵਾਂ ਤੇ ਭਾਰੀ بارش ਜਾਰੀ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ। ਇਸ ਦੇ ਨਾਲ ਹੀ ਕੁਝ ਥਾਵਾਂ ਤੇ ਬਿਜਲੀ ਚਮਕੇਗੀ ਅਤੇ ਤੇਜ਼ ਹਵਾਵਾਂ ਤੇ ਗਰਜਾਂ ਦੀ ਸੰਭਾਵਨਾ ਵੀ ਦੱਸੀ ਗਈ ਹੈ। ਪਰ ਕੁਝ ਥਾਵਾਂ ਤੇ ਹਵਾ ਦੀ tốc 50 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਨਾਲ ਵੀ ਚੱਲ ਸਕਦੀ ਹੈ। ਆਈਐਮਡੀ ਦੇ ਮੁਤਾਬਕ ਚੰਡੀਗੜ੍ਹ ਦੇ ਵਿੱਚ ਅਗਲੇ 48 ਘੰਟਿਆਂ ਦੇ ਦੌਰਾਨ 15 ਤੇ 16 ਜੂਨ ਨੂੰ ਸਵੇਰੇ ਤੂਫਾਨ ਦੇ ਨਾਲ ਭਾਰੀ ਮੀਂਹ ਪੈਣ ਦੀ ਸੁਭਾਵਨਾ ਦੱਸੀ ਗਈ ਹੈ। ਅਗਲੀ ਖਬਰ ਹੈ ਕਿਸਾਨਾਂ ਨੇ ਪਾਈ ਅੰਡਾਨੀ ਗਰੁੱਪ ਦੇ ਗੋਦਾਮਾਂ ਨੂੰ ਨੱਥ ਬੰਦ ਕਰਵਾਉਣ ਦਾ ਨਿਰਮਾਨ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਭਾਜਪਾ ਵਿਧਾਇਕ ਦੇ ਫੈਕਟਰੀ ਦੇ ਉਦਘਾਟਨ ਪ੍ਰੋਗਰਾਮ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਅਤੇ ਕਿਸਾਨਾਂ ਨੇ ਰੱਦ ਕਰਵਾ ਦਿੱਤਾ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਨਾਲ ਲੱਗਦੇ ਪਿੰਡ ਨੌਲਠਾ ਵਿੱਚ ਬਣੇ ਅਡਾਨੀ ਗਰੁੱਪ ਦੇ ਗਦਾਮ ਵਿੱਚ ਪਹੁੰਚ ਗਏ ਇੱਥੇ ਪਹੁੰਚਦਿਆਂ ਹੀ ਗਦਾਮ ਵਿੱਚ ਕਿਸਾਨਾਂ ਨੇ ਤਾਵਾ ਬੋਲ ਦਿੱਤਾ ਤੇ ਚੱਲ ਰਹੇ ਨਿਰਮਾਣ ਕਾਰਜ ਨੂੰ ਵੀ ਬੰਦ ਕਰਵਾ ਦਿੱਤਾ ਅਗਲੀ ਖਬਰ ਹੈ 150 ਫੁੱਟ ਡੂੰਘੇ ਬੋਰਵੈਲ ਦੇ ਵਿੱਚ ਡਿੱਗਿਆ 3 ਸਾਲ ਦਾ ਬੱਚਾ ਬਚਾਅ ਕਾਰਜ ਜਾਰੀ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਆਗਰਾ ਦੇ ਵਿੱਚ 3 ਸਾਲਾਂ ਦੇ ਬੱਚੇ ਨੇ 150 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗਣ ਦੀ ਖਬਰ ਸਾਹਮਣੇ ਆਈ ਹੈ ਤਾਨੂੰ ਦੱਸ ਦਈਏ ਕਿ ਆਗਰਾ ਦੇ ਤਰਿਹਾਈ ਪਿੰਡ ਵਿੱਚ ਇੱਕ ਬੱਚੇ ਦੇ ਬੋਰਵਲ ਡਿਗਨ ਮਾਗਰੋਂ ਪੂਰੇ ਹਲਕੇ ਦੇ ਵਿੱਚ ਹਲਚਲ ਮਚ ਚੁੱਕੀ ਹੈ ਪਰ ਤਾਜ਼ਾ ਮਿਲੀ ਜਾਣਕਾਰੀ ਦੇ ਅਨੁਸਾਰ ਬੱਚੇ ਨੂੰ ਬੋਰਵਲ ਦੇ ਵਿੱਚ ਸਹੀ ਕੰਡੀਸ਼ਨ ਦੇ ਵਿੱਚ ਬਾਹਰ ਕੱਢ ਲਿਆ ਹੈ ਅਗਲੀ ਖਬਰ ਹੈ ਬਾਸਮਤੀ ਚੌਲਾਂ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਦੋਵਾਂ ਮੁਲਕਾਂ ਦੀ ਯੂਰਪੀ ਬਾਜ਼ਾਰ ਤੇ ਅੱਖ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਯੂਰੋਪੀਅਨ ਦੇਸ਼ਾਂ ਦੇ ਵਿੱਚ ਦੋ ਪਰਮਾਣੂ ਦੇਸ਼ ਭਾਰਤ ਤੇ ਪਾਕਿਸਤਾਨ ਇਸ ਵੇਲੇ ਬਾਸਮਤੀ ਚੌਲਾਂ ਪਿੱਛੇ ਲੜ ਰਹੇ ਨੇ ਦਾ ਅਸਲ ਇਹ ਮਾਮਲਾ ਕੁਝ ਇੰਜ ਤਿਆਵਾ ਕਿ ਭਾਰਤ ਨੇ ਯੂਰੋਪੀਅਨ ਯੂਨੀਅਨ ਦੀ ਕਾਉਂਸਲ ਔਨ ਕੁਆਲਟੀ ਸਕੀਮ ਫੋਰ ਐਗਰੀਕਲਚਰ ਪ੍ਰੋਡਕਟ ਐਂਡ ਫੂਡਸ ਅਤੇ ਪ੍ਰੋਟੈਕਟਿਡ ਜੀਓਗ੍ਰਾਫਿਕ ਇੰਡੀਕੇਸ਼ਨ ਦਾ ਰਤਵਾ ਹਾਸਲ ਕਰਨ ਲਈ ਅਰਜੀ ਦਿੱਤੀ ਸੀ ਇਹੇ ਸਰਟੀਫਿਕੇਟ ਮਿਲਣ ਤੋਂ ਬਾਅਦ ਭਾਰਤ ਨੂੰ ਯੂਰਪੀਅਨ ਯੂਨੀਅਨ ਦੀ ਬਾਸਮਤੀ ਦੀ ਮਾਲਕੀ ਦਾ ਅਧਿਕਾਰ ਮਿਲ ਜਾਣਾ ਸੀ ਪਰ ਪਾਕਿਸਤਾਨ ਨੇ ਭਾਰਤ ਦੇ ਇਸ ਦਾਅਵੇ ਦਾ ਜ਼ੋਰਦਾਰ ਵਿਰੋਧ ਕੀਤਾ ਕਿਉਂਕਿ ਭਾਰਤ ਤੋਂ ਬਾਅਦ ਪਾਕਿਸਤਾਨ ਹੀ ਦੁਨੀਆ ਦਾ ਦੂਜਾ ਅਜਿਹਾ ਦੇਸ਼ ਹੈ ਜਿਹੜਾ ਬਾਸਮਤੀ ਚੌਲਾਂ ਦੀ ਬਰਾਮਦ ਕਰਦਾ ਹੈ ਅਗਲੀ ਖਬਰ ਹੈ ਲਗਾਤਾਰ ਦੂਜੇ ਦਿਨ ਸੋਨੇ ਦੀ ਕੀਮਤ ਦੇ ਵਿੱਚ ਭਾਰੀ ਗ੍ਰੈਵਟ ਜਾਣੋ ਨਵੇਂ ਰੇਟ ਤਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਘਰੇਲੂ ਬਾਜ਼ਾਰ ਦੇ ਵਿੱਚ ਅੱਜ ਸੋਨੇ ਤੇ ਚਾਂਦੀ ਦੀ ਬਾਜ਼ਾਰ ਕੀਮਤ ਘਟ ਗਈ ਹੈ ਐਮਸੀਐਕਸ ਦੇ ਵਿੱਚ ਸੋਨੇ ਦਾ ਭਾਅ 0.61% ਦੀ ਗਰਾਫਟ ਦੇ ਨਾਲ 48588 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਇਹ ਲਗਾਤਾਰ ਦੂਜੇ ਦਿਨ ਦੀ ਗਰਾਫਟ ਸੀ ਜਦੋਂ ਕਿ ਚਾਂਦੀ ਦਾ ਭਾਅ 75784 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਿਆ ਅਗਲੀ ਖਬਰ ਹੈ ਅੱਜ ਫੇਰ ਵਧੇ ਪੈਟਰੋਲ ਡੀਜ਼ਲ ਦੇ ਭਾਅ ਕਿੱਥੇ ਜਾ ਕੇ ਲੱਗੇਗੀ ਬ੍ਰੇਕ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਦਾ ਸਿਲਸਲਾ ਲਗਾਤਾਰ ਜਾਰੀ ਹੈ। ਪੈਟਰੋਲ ਅਤੇ ਡੀਜ਼ਲ ਇੱਕ ਵਾਰ ਫੇਰ ਮਹਿੰਗੇ ਹੋ ਗਏ ਨੇ। ਦਿੱਲੀ ਦੇ ਵਿੱਚ ਪੈਟਰੋਲ 29 ਪੈਸੇ ਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਹਿੰਗਾ ਹੋਇਆ। ਜਿਸ ਤੋਂ ਬਾਅਦ ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ 96 ਰੁਪਏ 41 ਪੈਸੇ ਤੇ ਡੀਜ਼ਲ ਦੀ ਕੀਮਤ 87 ਰੁਪਏ 28 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਅਗਲੀ ਖਬਰਾਂ ਪੰਜਾਬ ਦੇ ਸਿੱਖਿਆ ਮੰਤਰੀ ਦੇ ਵੱਲੋਂ ਸੂਬੇ ਦੇ ਸਕੂਲਾਂ ਦੇ ਲਈ ਵੱਡਾ ਐਲਾਨ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਦੀ ਨਿਰਦੇਸ਼ਾਂ ਤੇ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਵਿਨਿਆਦੀ ਢਾਂਚੇ ਦੇ ਵਿਕਾਸ ਲਈ 40.26 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ ਸਿੱਖਿਆ ਵਿਭਾਗ ਦੇ ਬੁਲਾਰੇ ਦੇ ਅਨੁਸਾਰ ਸਮਗਰ ਸਿੱਖਿਆ ਤਹਿਤ ਸਾਲ 2021 ਅਤੇ 22 ਦੇ ਲਈ 4026 ਲੱਖ ਰੁਪਏ ਦੀ ਇਹ ਗ੍ਰਾਂਟ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਵਿਕਾਸ ਲਈ ਜਾਰੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਮਿਲੀ ਹੋਈ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਜ਼ਿਲ੍ਹੇ ਦੇ ਲਈ 331 ਕਰੋੜ ਰੁਪਏ ਬਰਨਾਲਾ ਜ਼ਿਲ੍ਹੇ ਦੇ ਲਈ 70 ਲੱਖ ਰੁਪਏ ਬਠਿੰਡਾ ਜ਼ਿਲ੍ਹੇ ਦੇ ਲਈ 1 ਕਰੋੜ 71 ਲੱਖ ਰੁਪਏ ਫਰੀਦਕੋਟ ਜ਼ਿਲ੍ਹੇ ਦੇ ਲਈ 1 ਕਰੋੜ 4 ਲੱਖ ਫਤਿਹਗੜ ਸਾਹਿਬ ਦੇ ਲਈ 1 ਕਰੋੜ 13 ਲੱਖ ਫਾਜ਼ਿਲਕਾ ਦੇ ਲਈ 1 ਕਰੋੜ 92 ਲੱਖ ਫਿਰੋਜ਼ਪੁਰ ਦੇ ਲਈ 1 ਕਰੋੜ 93 ਲੱਖ ਰੁਪਏ ਗੁਰਦਾਸਪੁਰ ਦੇ ਲਈ 2 ਕਰੋੜ 65 ਲੱਖ ਰੁਪਏ ਹੁਸ਼ਿਆਰਪੁਰ ਦੇ ਲਈ 2 ਕਰੋੜ 24 ਲੱਖ ਤੇ ਜਲੰਧਰ ਦੇ ਲਈ 2 ਕਰੋੜ 69 ਲੱਖ ਰੁਪਏ ਕਪੂਰਥਲਾ ਦੇ ਲਈ 1 ਕਰੋੜ 35 ਲੱਖ ਲੁਧਿਆਣਾ ਦੇ ਲਈ 3 ਕਰੋੜ 50 ਲੱਖ ਤੇ ਮਾਨਸਾ ਦੇ ਲਈ 1 ਕਰੋੜ 22 ਲੱਖ ਮੋਗਾ ਦੇ ਲਈ 1 ਕਰੋੜ 37 ਲੱਖ ਮੋਹਾਲੀ ਦੇ ਲਈ 1 ਕਰੋੜ 53 ਲੱਖ ਤੇ ਮੁਕਤਸਰ ਦੇ ਲਈ 1 ਕਰੋੜ 39 ਲੱਖ ਨਵੇਂ ਸ਼ਹਿਰ ਦੇ ਲਈ 1 ਕਰੋੜ 7 ਲੱਖ ਰੁਪਏ ਪਠਾਨਕੋਟ ਦੇ ਲਈ 86 ਲੱਖ ਪਟਿਆਲਾ ਦੇ ਲਈ 2 ਕਰੋੜ 80 ਲੱਖ ਰੁਪਏ ਤੇ ਰੂਪਨਗਰ ਦੇ ਲਈ 1 ਕਰੋੜ 30 ਲੱਖ ਰੁਪਏ ਤੇ ਸੰਗਰੂਰ ਦੇ ਲਈ 2 ਕਰੋੜ 22 ਲੱਖ ਤਰਨਤਾਰਨ ਦੇ ਲਈ 1 ਕਰੋੜ 99 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ। ਅਗਲੀ ਖਬਰ ਹੈ, ਤਾਜ ਮਹਿਲ ਦੇ ਦیدار ਦੀ ਉਡੀਕ ਖਤਮ, ਇਸ ਤਰੀਕ ਤੋਂ ਸੈਲਾਨੀਆਂ ਦੇ ਲਈ ਖੁੱਲਣਗੇ ਦਰਵਾਜ਼ੇ। ਤਾਂ ਦੋਸਤੋ ਤੁਹਾਨੂੰ ਦੱਸਦੇ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਕਰੀਬ 2 ਮਹੀਨੇ ਤੋਂ ਬੰਦ ਤਾਜ ਮਹਿਲ ਦੇ ਦਰਵਾਜ਼ੇ ਸੈਲਾਨੀਆਂ ਦੇ ਲਈ ਫਿਰ ਤੋਂ ਖੁੱਲਣ ਦਾ ਖੋਲਣ ਜਾ ਰਹੇ ਨੇ 16 ਜੂਨ ਤੋਂ ਤਾਜ ਮਹਿਲ ਦਾ ਦედაਰ ਲੋਕ ਕਰ ਸਕਣਗੇ ਇਸ ਨੂੰ ਫਿਰ ਤੋਂ ਦੁਬਾਰਾ ਖੋਲਿਆ ਜਾਵੇਗਾ ਭਾਰਤੀ ਪ੍ਰਤਤਵ ਸਰਵੇਖਣ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਸਲਾਨੀ ਐਂਟਰੀਆਂ ਦੇ ਲਈ ਟਿਕਟ ਆਨਲਾਈਨ ਲੈ ਸਕਣਗੇ ਤੇ ਸਮਾਰਕਾ ਤੇ ਟਿਕਟ ਨਹੀਂ ਮਿਲੇਗੀ ਅਗਲੀ ਖਬਰ ਹੈ ਗੌਤਮਾਨ ਡਾਨੀ ਨੂੰ ਝਟਕਾ ਸੇ ਫਰਮਾਂ ਦੇ ਸ਼ੇਅਰ ਤਾਸ ਤੇ ਪੱਤਿਆਂ ਵਾਂਗ ਹੋਏ ਢੇਰੀ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਅੰਡਾਨੀ ਗੈਸ ਅੰਡਾਨੀ ਪੋਰਟ ਅੰਡਾਨੀ ਇੰਟਰਪ੍ਰਾਈਜ਼ਸ ਅੰਡਾਨੀ ਗ੍ਰੀਨ ਤੇ ਅੰਡਾਨੀ ਪਾਵਰ ਤੇ ਅੰਡਾਨੀ ਟਰਾਂਸਮਿਸ਼ਨ ਦੇ ਸ਼ੇਅਰਾਂ ਵਿੱਚ ਇੰਨੀ ਜ਼ੋਰਦਾਰ ਗਰਾਵਟਾਈ ਆ ਕਿ ਇਹਨਾਂ ਵਿੱਚ ਕੁਝ ਹੀ ਮਿੰਟਾਂ ਵਿੱਚ ਲੋਅਰ ਸਰਕਟ ਲੱਗ ਗਿਆ ਅੰਡਾਨੀ ਇੰਟਰਪ੍ਰਾਈਜ਼ਸ ਤੇ ਅੰਡਾਨੀ ਪੋਰਟ ਵਿੱਚ ਲੋਅਰ ਸਰਕਟ ਇੱਕ ਵਾਰ ਖੁੱਲਣ ਮੰਗਰੋਂ ਇਹਨਾਂ ਦੇ ਸ਼ੇਅਰ ਹੋਰ ਜ਼ਿਆਦਾ ਲੁੜਕ ਗਏ ਨੇ ਕਾਰੋਬਾਰ ਦੇ ਦੌਰਾਨ ਅੰਡਾਨੀ ਇੰਟਰਪ੍ਰਾਈਜ਼ਸ ਦੇ ਵਿੱਚ 24% ਤੱਕ ਦੀ ਗਰਾਵਟ ਦੇਖਣ ਨੂੰ ਮਿਲੀ ਹੈ ਬਾਕੀ ਸ਼ਹਿਰਾਂ ਦੇ ਵਿੱਚ 5 ਤੋਂ 12% ਤੱਕ ਦੀ ਕ੍ਰਾਫਟ ਸੀ। ਅਗਲੀ ਖਬਰ ਹੈ ਵਿਦਿਆਰਥੀਆਂ ਦੇ ਲਈ ਵੱਡੀ ਖਬਰ ਅਮਰੀਕਾ ਨੇ ਖਤਮ ਕੀਤੀ ਟੀਕਾ ਸਰਟੀਫਿਕੇਟ ਦੀ ਸ਼ਰਤ। ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੇ ਲਈ ਚੰਗੀ ਖਬਰ ਹੈ। ਅਮਰੀਕੀ ਦੂਤਾਵਾਸ ਵਿੱਚ ਬਣਜ ਮਾਮਲਿਆਂ ਦੇ ਅਧਿਕਾਰੀ ਡੌਨ ਹੈਫਲੈਂਡ ਨੇ ਕਿਹਾ ਕਿ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ ਕਰੋਨਾ ਟੀਕਾ ਕਰਨ ਦੇ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੋਵੇਗੀ। ਸაგੋਂ ਉਹਨਾਂ ਨੂੰ ਆਪਣੀ ਯਾਤਰਾ ਦੇ ਸਮੇਂ ਤੋਂ 72 ਘੰਟੇ ਪਹਿਲਾਂ ਕਰਾਈ ਗਈ ਕੋਵਿਡ-19 ਦੀ ਜਾਂਚ ਦੀ ਨੈਗੇਟਿਵ ਰਿਪੋਰਟ ਦੇਣ ਦੀ ਲੋੜ ਹੋਵੇਗੀ। ਕਰੋਨਾ ਵਾਇਰਸ ਮਹਾਮਾਰੀ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਉੱਚ ਸਿੱਖਿਆ ਦੇ ਲਈ ਅਮਰੀਕਾ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇ ਇੰਟਰਵਿਊ ਦਾ ਸਮਾਂ ਹਾਸਲ ਕਰਨ ਵਿੱਚ ਪਰੇਸ਼ਾਨੀ ਹੋਣ ਨਾਲ ਉਹਨਾਂ ਦੀ ਚਿੰਤਾ ਵਧ ਰਹੀ ਸੀ। ਅਗਲੀ ਖਬਰ ਵਰਲਡ ਬੁੱਕ ਆਫ ਰਿਕਾਰਡ ਲੰਡਨ ਵੱਲੋਂ ਡੀਆਈਜ਼ ਪਟਿਆਲਾ ਬਿਕਰਮਜੀਤ ਸਿੰਘ ਦੁੱਗਲ ਦਾ ਸਨਮਾਨ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਵਰਲਡ ਬੁੱਕ ਆਫ ਰਿਕਾਰਡ ਲੰਡਨ ਨੇ ਕੋਵਿਡ-19 ਬਰਦ ਚੱਲ ਰਹੀ جنگ ਦੇ ਦੌਰਾਨ ਮੂਰਲੀ ਕਤਾਰ ਦੇ ਯੋਧੇ ਵਜੋਂ ਪੂਰੀ ਸਿੱਦਤ ਨਾਲ ਲਗਾਤਾਰ ਲੜਾਈ ਲੜਦੇ ਆ ਰਹੇ ਡੀ आईजी ਪਟਿਆਲਾ ਰੇਂਜ ਸ੍ਰੀ ਵਿਕਰਮਜੀਤ ਸਿੰਘ ਦੁੱਗਲ ਵੱਲੋਂ ਸਮਾਜ ਪ੍ਰਤੀ ਪ੍ਰਦਾਨ ਕੀਤੀਆਂ ਸਭਾਵਾਂ ਨੂੰ ਮਾਣ ਦਿੰਦਿਆਂ ਸ੍ਰੀ ਦੁੱਗਲ ਦਾ ਸਰਟੀਫਿਕੇਟ ਆਫ ਕਮਿਟਮੈਂਟ ਨਾਲ ਸਨਮਾਨ ਕੀਤਾ। ਵਲਡ ਬੁੱਕ ਆਫ ਰਿਕਾਰਡ ਲੰਡਨ ਦੇ ਯੂਡੀਕੇਟਰ ਅਤੇ ਉਪ ਪ੍ਰਧਾਨ ਪੰਜਾਬ ਜਸਵੀਰ ਸਿੰਘ ਸਿੰਧਾ ਨੇ ਇਹ ਸਰਟੀਫਿਕੇਟ ਸ੍ਰੀ ਵਿਕਰਮਜੀਤ ਸਿੰਘ ਦੁੱਗਲ ਨੂੰ ਪ੍ਰਦਾਨ ਕੀਤਾ। ਅਗਲੀ ਖਬਰ ਹੈ ਖੇਤੀ ਸਬਸਿਡੀ ਖਤਮ ਕਰਨ ਦੇ ਲਈ ਕੇਂਦਰ ਦੀ ਨਵੀਂ ਚਾਲ ਸੂਬਿਆਂ ਨੂੰ ਭੇਜਿਆ ਸਰਤਾਂ ਵਾਲਾ ਪੱਤਰ ਤਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਹੁਣ ਖੇਤੀ ਸਬਸਿਡੀ ਨੂੰ ਖਤਮ ਕਰਨ ਦੇ ਲਈ ਨਵੀਂ ਚਾਲ ਚਲਦਿਆਂ ਸੂਬਿਆਂ ਨੂੰ ਸ਼ਰਤਾਂ ਨਾਲ ਭਰਿਆ ਪੱਤਰ ਜਾਰੀ ਕੀਤਾ ਗਿਆ। ਕੇਂਦਰ ਦੇ ਵੱਲੋਂ ਇਹ ਚਾਲ ਬਿਜਲੀ ਸੋਧ ਬਿੱਲ 2020 ਦਾ ਮਤਮ ਪੂਰਾ ਕਰਨ ਦੇ ਲਈ ਚੱਲੀ ਗਈ ਹੈ। ਅਸਲ ਦੇ ਵਿੱਚ ਵਿੱਤ ਮੰਤਰਾਲੇ ਵੱਲੋਂ 9 ਜੂਨ ਨੂੰ ਸੂਬਿਆਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਤੇ ਇਸ ਪੇਸਕਸ ਵਿੱਚ ਜੇਕਰ ਸੂਬੇ ਕੁੱਲ ਰਾਜ ਘਰੇਲੂ ਉਤਪਾਦ ਦਾ 0.50% ਵਾਧੂ ਕਰਜ਼ਾ ਲੈਣਾ ਚਾਹੁੰਦੇ ਨੇ ਤਾਂ ਬਿਜਲੀ ਸੈਕਟਰ ਦੇ ਵਿੱਚ ਖੇਤੀ ਸਬਸਿਡੀ ਨੂੰ ਖਤਮ ਕਰਨ ਵਾਲੇ ਕਦਮ ਚੁੱਕਣ। ਕੇਂਦਰ ਵੱਲੋਂ ਇਹ ਫਾਰਮੂਲਾ 4 ਸਾਲਾਂ ਲਈ ਘੜਿਆ ਗਿਆ। ਕੇਂਦਰ ਨੇ ਸਾਫ਼ ਕਿਹਾ ਕਿ ਸ਼ਰਤਾਂ ਮੰਨਣ ਵਾਲੇ ਸੂਬੇ ਨੂੰ ਵਾਧੂ ਕਰਜ਼ੇ ਦੀ ਮਨਜ਼ੂਰੀ ਮਿਲੇਗੀ। ਮਿਸਾਲ ਦੇ ਤੌਰ ਤੇ ਖੇਤੀ ਸਬਸਿਡੀ ਨੂੰ ਖਤਮ ਕਰਨ ਦੀ ਸੂਰਤ ਦੇ ਵਿੱਚ 20 ਨੰਬਰ ਮਿਲਣਗੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੀ ਸਿੱਧੀ ਅਦਾਇਗੀ ਦੇ ਵੱਖਰੇ ਨੰਬਰ ਰੱਖੇ ਗਏ ਨੇ ਖੇਤੀ ਮੋਟਰਾਂ ਤੇ ਮੀਟਰ ਲਾਏ ਜਾਣ ਦੀ ਸ਼ਰਤ ਵੀ ਰੱਖੀ ਗਈ ਹੈ ਸਮੁੱਚੀ ਬਿਜਲੀ ਸਪਲਾਈ ਨੂੰ ਮੀਟਰਡ ਕੀਤੇ ਜਾਣ ਦੀ ਵੀ ਯੋਜਨਾ ਬਣਾਈ ਗਈ ਹੈ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਮਾਰਾਂ ਦੇ ਮੁਤਾਬਕ ਜੇਕਰ ਪੰਜਾਬ ਸਰਕਾਰ ਇਹਨਾਂ ਸ਼ਰਤਾਂ ਨੂੰ ਮੰਨ ਲੈਂਦੀ ਹੈ ਤਾਂ ਉਹ 3200 ਕਰੋੜ ਰੁਪਏ ਦਾ ਵਾਧੂ ਕਰਜ਼ਾ ਲੈਣ ਦੇ ਯੋਗ ਹੋਵੇਗੀ। ਅਗਲੀ ਖਬਰ ਹੈ ਕੈਨੇਡਾ ਅਮਰੀਕਾ ਦੀ ਸਰਹੱਦ ਖੁੱਲਣ ਦੀ ਉਡੀਕ ਕਰ ਰਹੇ ਲੋਕਾਂ ਦੇ ਲਈ ਬੁਰੀ ਖਬਰ। ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਅਮਰੀਕਾ ਦੀ ਸਰਹੱਦ ਖੁੱਲਣ ਦੀ ਉਡੀਕ ਕਰ ਰਹੇ ਲੋਕਾਂ ਲਈ ਝਟਕਾ ਲੱਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਜੀ7s ਮਿਲਣ ਦੇ ਲਈ ਇੰਗਲੈਂਡ ਵਿੱਚ ਸਿਰਕਤ ਦੌਰਾਨ ਸਰਹੱਦ ਖੋਲਣ ਬਾਰੇ ਗੱਲ ਕੀਤੀ ਪਰ ਇਸ ਤੇ ਕੋਈ ਫੈਸਲਾ ਨਹੀਂ ਹੋ ਸਕਿਆ। ਅਗਲੀ ਖਬਰ ਹੈ ਸਾਲ 2030 ਤੱਕ 2.6 ਕਰੋੜ ਹੈਕਟੇਅਰ ਬੰਜਰ ਜ਼ਮੀਨ ਨੂੰ ਹਰਿਆ ਭਰਿਆ ਬਣਾਵਾਂਗੇ મોદી ਤਾਂ ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਵਿੱਚ 2.6 ਕਰੋੜ ਹੈਕਟੇਅਰ ਰਗਵੇ ਵਿੱਚ ਫੈਲੀ ਬੰਜਰ ਅਤੇ ਖੁਰ ਰਹੀ ਜ਼ਮੀਨ ਨੂੰ ਬਚਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜ਼ਮੀਨਾਂ ਨੂੰ ਮੁੜ ਹਰਿਆ ਭਰਿਆ ਬਣਾਉਣ ਦੀ ਰਣਨੀਤੀ ਵਿਕਸਿਤ ਕਰਨ ਦੇ ਲਈ ਵਿਕਾਸਸ਼ੀਲ ਮੁੱਲਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਅਗਲੀ ਖਬਰ ਭਾਰਤ ਦੇ ਵਿੱਚ ਕਰੋਨਾ ਦੇ 70421 ਨਵੇਂ ਕੇਸ ਤੇ 3921 ਮੌਤਾਂ ਤਾਂ ਦੋਸਤੋ ਭਾਰਤ ਦੇ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 70421 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ملک ਦੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 2 ਕਰੋੜ 95 ਲੱਖ 4010 ਹੋ ਗਈ ਹੈ ملک ਦੇ ਵਿੱਚ 74 ਦਿਨਾਂ ਤੋਂ ਬਾਅਦ ਕਰੋਨਾ ਲੱਗਦੇ ਇੰਨੇ ਘੱਟ ਮਾਮਲੇ ਸਾਹਮਣੇ ਆਏ ਨੇ ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ 24 ਘੰਟਿਆਂ ਦੇ ਦੌਰਾਨ 3921 ਮੌਤਾਂ ਹੋਈਆਂ ਨੇ ਇਸ ਦੇ ਨਾਲ ਹੀ ਜੇਰੇ ਇਲਾਜ ਮਰੀਜ਼ਾਂ ਦੀ ਗਿਣਤੀ 973158 ਹੋ ਗਈ ਹੈ ਤੇ ਹੁਣ ਤੱਕ ਮਰਨ ਵਾਲਿਆਂ ਦਾ ਕੁੱਲ ਅੰਕੜਾ 374305 ਤੱਕ ਪਹੁੰਚ ਚੁੱਕਿਆ ਹੈ ਅਗਲੀ ਖਬਰ ਹੈ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ ਸੀਟਾਂ ਤੇ ਉਮੀਦਵਾਰ उतारेਗਾ ਆਪ ਕੇਜਰੀਵਾਲ ਤਾਂ ਦੋਸਤੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਹਿਮਦਾਬਾਦ ਦੇ ਵਿੱਚ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਗੁਜਰਾਤ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇਗੀ। ਅਗਲੀ ਖਬਰ ਹੈ ਦਿੱਲੀ ਦੇ ਵਿੱਚ ਅੱਜ ਤੋਂ ਰੋਜ਼ਾਨਾ ਖੁੱਲਣਗੇ ਰੈਸਟਰ ਮਾਲ ਤੇ ਬਾਜ਼ਾਰ ਤਾਂ ਦੋਸਤੋ ਦਿੱਲੀ ਵਿੱਚ ਭਲਕ ਤੋਂ ਰੈਸਟਰ 50% ਸਮਰੱਥਾ ਦੇ ਨਾਲ ਖੁੱਲਣਗੇ ਇਸ ਤੋਂ ਇਲਾਵਾ ਹਫਤਾਵਾਰੀ ਬਾਜ਼ਾਰ ਤੇ ਧਾਰਮਿਕ ਸਥਾਨ ਵੀ ਖੋਲ੍ਹ ਦਿੱਤੇ ਜਾਣਗੇ ਹਾਲਾਂਕਿ ਧਾਰਮਿਕ ਥਾਵਾਂ ਉੱਤੇ ਲੋਕਾਂ ਨੂੰ ਆਉਣ ਜਾਣ ਦੀ ਖੁੱਲ ਨਹੀਂ ਦਿੱਤੀ ਜਾਵੇਗੀ। ਮੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ਹਿਰ ਵਿੱਚ ਮਹਾਮਾਰੀ ਹੁਣ ਕਾਬੂ ਹੇਠ ਹੈ ਤੇ 19 April ਤੋਂ ਦਿੱਲੀ ਵਿੱਚ ਬਿਊਟੀ ਪਾਰਲਰ, ਵਾਲ ਕਟਾਉਣ ਵਾਲੀਆਂ ਦੁਕਾਨਾਂ ਤੇ ਸੈਲੂਨ ਵਗੈਰਾ ਬੰਦ ਸਨ ਇਹਨਾਂ ਨੂੰ ਵੀ ਹਲਕਤੋਂ ਖੁੱਲਣ ਦੀ ਆਗਿਆ ਹੋਵੇਗੀ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਾਜ਼ਾਰ, ਮਾਲ ਅਤੇ ਮਾਰਕੀਟ ਕੰਪਲੈਕਸ ਜਿਸ ਤੋਂ ਟੌਂਕ ਆਧਾਰਤ ਤੇ ਖੁੱਲ ਰਹੇ ਸੀ ਤੇ ਹੁਣ ਇਹ ਸਾਰੇ ਦਿਨ ਖੋਲਣਗੇ। ਤੇ ਦੋਸਤੋ ਏਸੀ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਤੁਸੀਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਨੂੰ ਇਸੇ ਤਰ੍ਹਾਂ ਦੀ ਆਉਣ ਵਾਲੀਆਂ ਨਵੀਆਂ ਤੇ ਤਾਜ਼ਾ ਖਬਰਾਂ ਦਾ ਸਭ ਤੋਂ ਪਹਿਲਾਂ ਪਤਾ ਲੱਗਦਾ ਰਹੂਗਾ ਤੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ